तो खबर चंडीगढ़ तो चंडीगढ़ मेयर की चोन से पंजाब हरियाणा हाई कोर्ट के सुनवाई है तो 10 महीने पहला आम आदमी पार्टी ने गड़बड़ी के इल्जाम लगाए थे। मेयर सने सीनियर डिप्टी मेयर से डिप्टी मेयर की चोन को लैके चुनौती दी गई थी। आप दी मेयर अहदे की उम्मीदवार अंजू कतियाल सने होरना ने यह पटीशन पाई सी जिसते हुण सुनवाई हो गई। दस दिए कि चंडीगढ़ मेयर की चोन से पंजाब हरियाणा हाई कोर्ट के सुनवाई होनी है तो 10 महीने पहला आम आदमी पार्टी ने गड़बड़ी के इल्जाम लगाए तो जिस तो बाद मामला कोर्ट के पहुंचा तो आपकी मेयर अहदे की उम्मीदवार अंजू कतियाल सने होरना ने यह पटीशन पाई जिस के तहत माणयोग पंजाब एंड हरियाणा हाई कोर्ट के सुनवाई होनी है। 10 महीने पहला आम आदमी पार्टी ने गड़बड़ी के इल्जाम लगाए थे। फोन लाइन से साडे सहयोगी अंकुश कोहली सर जुड़िया। अंकुश की जानकारी है जो पंजाब एंड हरियाणा हाई कोर्ट के चंडीगढ़ मेयर की चोन को लैके सुनवाई होने जा रही है। ਜਦੋਂ ਮੇਅਰ ਚੋਣਾਂ ਹੋਈਆਂ ਸੀਗੀਆਂ ਉਸ ਵੇਲੇ ਅੰਜੂ ਕਤਿਆਲ ਆਮ ਆਦਮੀ ਪਾਰਟੀ ਤੋਂ ਮੇਅਰ ਪਦ ਦੇ ਉਮੀਦਵਾਰ ਸੀ। ਉਸ ਵੇਲੇ ਉਹਨਾਂ ਨੇ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਇੱਕ ਯਾਚਿਕਾ ਹਾਈਕੋਰਟ 'ਚ ਪਾਈ ਸੀਗੀ ਕਿ ਮੇਅਰ ਦੀ ਚੋਣਾਂ ਨੂੰ ਲੈ ਕੇ ਧਾਂਦਲੀ ਜਿਹੜੀ ਹੈਗੀ ਹੈ ਉਹ ਹੋਈ ਹੈਗੀ ਹੈ, ਉਸ ਨੂੰ ਲੈ ਕੇ ਜਿਹੜਾ ਹੈਗਾ ਹਾਈਕੋਰਟ 'ਚ ਯਾਚਿਕਾ ਪੁੱਜੀ ਸੀ ਤੇ ਆਖਰੀ ਸੁਣਵਾਈ ਜਿਹੜੀ ਇਸ ਹੋਈ ਸੀ 18 ਅਗਸਤ ਨੂੰ ਹੋਈ ਸੀ ਤੇ ਦੋਨੋਂ ਪੱਖਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਸਮਾਂ ਮੰਗਿਆ ਸੀਗਾ ਕਿ ਸਾਨੂੰ ਕੋਈ ਸਮਾਂ ਚਾਹੀਦਾ ਤੇ 31 ਤਰੀਕ ਅੱਜ ਦਾ ਸਮਾਂ ਜਿਹੜਾ ਹੈਗਾ ਕੋਰਟ ਵੱਲੋਂ ਜਿਹੜਾ ਦਿੱਤਾ ਗਿਆ ਹੀਅਰਿੰਗ ਦਾ। ਤੇ ਦੱਸੀਏ ਕਿ ਅੰਜੂ ਕਤਿਆਲ ਨੇ ਜਿਹੜੀ ਯਾਚਿਕਾ ਪਾਈ ਹੈਗੀ ਉਹਨਾਂ ਨੇ ਕਿਹਾ ਇੱਕ ਵੋਟ ਨੂੰ ਲੈ ਕੇ ਸੰਸ਼ਾ ਹੈਗਾ, ਇੱਕ ਵੋਟ ਨੂੰ ਲੈ ਕੇ ਗਿਆ ਸੀ ਕਿ ਉਹ ਵੋਟ ਫੱਟੀ ਹੋਈ ਸੀਗੀ ਤੇ ਉਸ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਹਾਈਕੋਰਟ ਕੀ ਡਿਸੀਜਨ ਦਿੰਦਾ ਹੈ। ਦਰਅਸਲ ਜਿਹੜਾ 1996 ਦਾ ਰੈਗੂਲੇਸ਼ਨ ਹੈਗਾ ਐਮ ਸੀ ਚੰਡੀਗੜ੍ਹ ਦਾ ਤੇ ਉਸ ਸਭ ਤੋਂ ਦੱਸ ਵੇਖਿਆ ਜਾ ਰਿਹਾ ਹੈਗਾ ਕਿ ਉਸ ਦੇ ਤਹਿਤ ਇਹ ਵੈਧ ਮੰਨੀ ਜਾਏਗੀ ਜਾਂ ਨਹੀਂ, ਉਸ ਤੇ ਜਿਹੜਾ ਹੈ ਬਹਿਸ ਹੋ ਸਕਦੀ ਹੈ ਦੋਨੋਂ ਪੱਖਾਂ 'ਚ ਅੱਜ ਤੇ ਉਸ ਕੀ ਅੱਗੇ ਨਿਕਲਦਾ ਹੈਗਾ ਕਿ ਕੋਈ ਹੋਰ ਡੇਟ ਪੈ ਜਾਂਦੀ ਹੈ ਕਿਉਂਕਿ 10 ਮਹੀਨੇ ਦਾ ਕਾਰਜਕਾਲ ਪਹਿਲਾਂ ਹੀ ਜਿਹੜਾ ਹੈਗਾ ਜਿਹੜੇ ਸਰਬਜੀਤ ਕੌਰ ਹੈ ਮੇਅਰ ਹੈ ਇਸ ਸਮੇਂ ਚੰਡੀਗੜ੍ਹ ਦੇ ਪੂਰਾ ਕਰ ਚੁੱਕੇ ਨੇ ਤੇ ਉਹਨਾਂ ਦਾ ਟਰਮ ਜਿਹੜਾ ਟੋਟਲ 1 ਸਾਲ ਦਾ ਤੇ 2 ਮਹੀਨੇ ਹੀ ਰਹਿ ਗਏ ਹੈਗੇ ਨੇ ਤੇ ਬਿਲਕੁਲ ਅਗਰ ਇਸੇ ਤਰ੍ਹਾਂ ਸੁਣਵਾਈ ਅੱਗੇ ਚੱਲਦੀ ਰਹਿੰਦੀ ਹੈਗੀ ਹੈ ਕੋਈ ਸਿੱਟੇ ਤੱਕ ਨਹੀਂ ਜਿਹੜਾ ਪੁੱਜਦੀ ਹੈਗੀ ਹੈ ਸੁਣਵਾਈ ਤੇ ਔਰ 2 ਮਹੀਨਾ ਅਗਰ ਰਹਿ ਜਾਂਦੇ ਨੇ ਉਹਦੇ ਕਾਰਜਕਾਲ ਤੋਂ ਉਸ ਤੋਂ ਬਾਅਦ ਵੈਸੇ ਵੀ ਕੋਈ ਮਤਲਬ ਨਹੀਂ ਰਹਿ ਜਾਏਗਾ ਤਾਂ ਨਿਰਸਤ ਹੋ ਸਕਦੀ ਹੈਗੀ ਹੈ ਉਸ ਤੋਂ ਬਾਅਦ ਇਹ ਪਟੀਸ਼ਨ। ਹਾਲਾਂਕਿ ਵੇਖਣਾ ਹੋਵੇਗਾ ਅੱਜ ਦੀ ਹੀਅਰਿੰਗ 'ਚ ਕੁਛ ਖਾਸ ਨਿਕਲ ਕੇ ਸਾਹਮਣੇ ਆਉਂਦਾ ਹੈ। ठीक है अंकुश, बहुत बहुत शुक्रिया तुहाडा तमाम अपडेट्स दे लई।